यार नू आ मेरे यार नू इतने आगी इतने क्यों आया इतने क्यों आया बाज बिठाया से उन्हें दंती बढ़ देती हमारे को वे मिठाई नहीं ला फान साहब हाँ यो यार को तुम्हारी ये हालत नहीं देखी जाती अंदर चली जा ਸੱਚਾ ਬੰਦਾ
ਇਹਨੇ ਜ਼ਿੰਦਗੀ ਝੂਠ ਨਹੀਂ ਬੋਲਿਆ, ਮੂੰਹ ਤੇ ਨੂਰ ਵੀ ਵੇਖ ਲਓ। ਇਹ ਜੋ ਕਹਿ ਰਿਹਾ ਸੱਚ ਹੈਗਾ। ਇਹਨੇ ਕੀਤੀ ਫਾਇਰਿੰਗ, ਇਹਨੇ ਕੀਤੀ ਏ। ਤੂੰ ਤਾਂ ਬਕਵਾਸ ਬੰਦ ਕਰ, ਇਹਨਾਂ ਨੇ ਤੈਨੂੰ ਲੰਮਿਆਂ ਪਾ ਕੇ ਤੇਰਾ ਕੁੱਤਿਆਂ ਵਾਲਾ ਹਾਲ ਕਰਨਾ ਹੀ। ਹਾਂਜੀ ਯਾਰ ਤੂੰ ਬੜੇ ਮੈਂ ਮੇਰੀ ਛੋਟੀ ਪਿੱਸੀ ਕੁੱਤੀ ਵਾਲਾ ਵੀ ਯਾਦ ਕਰਦੇ ਹੋ। ਮੈਂ ਤੈਨੂੰ ਲੰਮਿਆਂ ਪਾ ਕੇ ਤੇਰੀ ਚੀਖਾਂ ਵੀ ਕਢਵਾ ਦੇਣਗੇ। ਵਟਸਐਪ ਨਿਕਲੋ ਇੱਥੇ। ਮੈਂ ਕਰਦਾ ਫੈਸਲਾ। ਇੱਥੇ ਵਜਾ ਬਾਸ ਕਰੇ ਮੈਂ ਜਿੱਥੇ ਮਾਰੇ। ਹਾਂ ਫੈਸਲਾ ਹੋ ਜਾ। ਬਾਹਰ ਦੇਖ ਤੂੰ ਕਿਹੜੀ ਅੰਗੀਠੀ ਸੇਕਣ ਡਿਆ। ਮਰਨਾ ਹੀ ਮਰਨਾ ਹੀ ਭਲਾ ਕੌਣ ਹੈ? ਕੌਣ ਹੈ? ਕਿੰਨੇ ਫਾਇਰਿੰਗ ਕੀਤੀ ਇੱਥੇ? ਦੇਖੋ ਮੈਡਮ, ਇਸ ਪੂਰੇ ਮੱਲੇ ਸ਼ਰੀਫ ਲੋਕ ਰਹਿੰਦੇ ਨੇ ਜੀ। ਇਹ ਆਪਣਾ ਇਹ ਪੀਸੀਓ 'ਚ ਕੰਮ ਕਰਦੀ ਏ। ਹਾਂ ਪੀਸੀਓ। ਇਹ ਹੋਰੇ ਲੋਕਾਂ ਦੇ ਕਮਰਿਆਂ 'ਚ ਕੰਮ ਕਰਦੀ ਜਾ ਕੇ। ਹਾਂ ਇਹ ਆਪਣਾ ਲੰਡਾ ਬਾਜ਼ਾਰ ਏ। ਇਹ ਕਰਦੇ ਜੇ ਫਾਇਰਿੰਗ। ਹਾਂ ਇਹ ਕਰਦੇ ਜੇ, ਇਹ ਫਾਇਰਿੰਗ ਕਰਦਾ ਪੱਕੀ ਗੱਲ ਹੈ। ਉਹ ਦੇਖੋ ਉਹਦੇ ਆਪਣੇ ਹੱਥ ਕਾਰਤੂਸ ਵਜਾ। ਕਹਿੰਦੇ ਨੇ ਪਿਸਤੌਲ ਵਿੰਗੀ ਹੈ। ਇਹਦੀ ਪਿਸਤੌਲ ਵਿੰਗੀ ਨਹੀਂ ਸੀ ਹੋਣੀ। ਉਹ ਵਿੰਗੀ ਨਜ਼ਰ ਆਉਂਦੀ ਏ ਬਾਅਦ 'ਚ, ਸਿੱਧੀ ਹੋ ਜਾਂਦੀ ਇਹਦੀ ਪਿਸਤੌਲ ਵਿੰਗੀ ਹੋਈ। ਮੈਂ ਕਿੱਧਰ ਕਰਨਾ ਪਹਿਲੇ? ਕਿੱਧਰ ਆ ਬਈ, ਤੂੰ ਦੱਸ ਤੂੰ ਕੀ ਤਮਾਸ਼ਾ ਲਾਇਆ ਥੇ? ਪੁੱਛੋ ਇਹਨਾਂ ਨੂੰ, ਮੇਰੀ ਗੱਲ ਸੁਣੋ। ਹਾਂ ਮੈਡਮ ਜੀ, ਹਾਂਜੀ, ਇਹ ਬੜਾ ਖਤਰਨਾਕ ਆਦਮੀ। ਕੀ ਖਤਰਨਾਕ ਬੜਾ ਕੰਮ ਕੀਤਾ ਨੇ? ਇਹਦੇ ਕੋਲ ਐਨੀਆਂ ਐਨੀਆਂ ਪਿਸਤੌਲਾਂ ਨੇ। ਐਨੀਆਂ ਐਨੀਆਂ ਕਿੰਨੀਆਂ ਕੁ ਪਿਸਤੌਲਾਂ ਵੇਖੀ? ਤੁਸੀਂ ਮੇਰੀ ਤਲਾਸ਼ੀ ਲੈ ਲਓ। ਐਡੀ ਮੇਰੇ ਕੋਲੋਂ ਨਿਕਲ ਆਵੇ ਨਾ, ਮੇਰੀ ਪਿਸਤੌਲ ਤੇ ਜੁੱਤੀਆਂ ਮਾਰਨ। ਉੱਤੋਂ ਕਹਿਰ ਦੀ ਠੰਡ ਪੈ ਰਹੀ ਹੈ, ਚੰਗੀ ਭਲੀ ਪਿਸਤੌਲ ਨਹੀਂ ਦਿਸਦੀ। ਮੇਰੀ ਗੱਲ ਸੁਣੀ, ਤੂੰ ਦੱਸ ਤੜਕੇ ਬਜਾ ਕੇ ਪਿਸਤੌਲ ਲੈਂਦੀ ਹੈ? ਅਸੀਂ ਉੱਥੇ ਹੋਣੇ ਆ ਜੀ, ਤੁਹਾਨੂੰ ਲੈ ਕੇ ਪਿਸਤੌਲ ਨਜ਼ਰ ਆਂਦੀ ਹੈ। ਕਿੱਥੋਂ ਹੁੰਦੇ ਹੋ ਤੁਸੀਂ? ਅਸੀਂ ਇੱਥੇ ਹੋਣੇ ਆ। ਇਹ ਥੱਲੇ, ਇਹ ਥੱਲੇ। ਜਿੱਥੇ ਤੱਕ ਮੇਰਾ ਖਿਆਲ ਹੈ, ਮੈਨੂੰ ਲੱਗਦਾ ਇਹਨੂੰ ਆਪਣੇ 5 ਸਾਲ ਹੋ ਗਏ ਆਪਣੀ ਪਿਸਤੌਲ ਵੇਖਿਆ। ਉਹ ਮੈਂ ਇੱਥੇ ਪੱਠੇ ਤੇ ਫੱਟੇ ਦੇ ਉੱਤੇ ਸਿੱਧਾ ਲੰਮਾ ਪਿਆ ਹੁੰਦਾ। ਅੱਛਾ ਅੱਛਾ ਅੱਛਾ, ਫਿਰ ਤੋ ਕਿਤੇ ਬੜਾ ਸਾਡੇ ਆਦਮੀ ਔਰਤਾਂ ਨੂੰ ਛੋਟੀ ਜੀ ਛੁਰੀ ਨਾਲ ਲੰਮੇ ਲੰਮੇ ਟੱਕ ਲਾਉਂਦਾ। ਹਾਂ ਤੂੰ ਚੈੱਕ ਕਰਦਾ ਕਿ ਔਰ ਲਾ ਲੈ ਕੇ ਨਹੀਂ। ਅਜ਼ੀਅਤ ਦਿੰਦਾ, ਅਜ਼ੀਅਤ। ਬੜੇ ਸਖਤ ਅਫਸਰ ਜੇ। ਦੱਸ ਦੱਸ ਤੋਬਾ ਤੋਬਾ ਦੱਸ। ਪਰਸੋਂ 15 ਤੇ ਕਾਲ ਚੱਲੀ ਕਿ ਲਕਸ਼ਮੀ ਚੌਕ ਇੱਕ ਹੋਟਲ 'ਚ ਲੋਕੀ ਸ਼ਰਾਬ ਪੀ ਰਹੇ ਨੇ ਤੇ ਨਾਲ ਜੂਆ ਖੇਡ ਰਹੇ। ਸਾਹਿਬ ਜੀ ਨੇ ਰਾਤੀ 2:30 ਵਜੇ ਰੇਡ ਕੀਤੀ, ਮਾਰਿਆ ਛਾਪਾ। ਫਿਰ ਉਹਨਾਂ ਸਵੇਰੇ 8:30 ਛੱਡਿਆ ਸਾਹਿਬ ਜੀ ਨੂੰ। ਤਾਰੀਫ ਸਹੀ ਹੈ ਕੀ ਸੀ? ਮੇਰਾ ਕਹਿਣ ਦਾ ਮਤਲਬ ਹੈ ਕਿ ਉੱਥੇ ਦੇਹ ਨਾਲ ਇਸਕੋ ਵੀ ਸਮਝਾਈ ਇਸਕੋ। ਤੂੰ ਸੇ ਗੰਦੇ ਮੈਸੇਜ ਕਰਦੀ ਹੈ ਮੁਝੇ, ਨਾ ਕਰ। ਮੁਝੇ ਫਸਾਣਾ ਚਾਹ ਰਹੀ ਹੈ ਮਲਕ ਰਿਆਜ਼ ਕੋ। ਮਲਕ ਰਿਆਜ਼ ਨੂੰ ਉਹਨੂੰ ਪਤਾ ਲੱਗ ਗਿਆ ਨਾ, ਉਹਨੇ ਆਪਣਾ ਨਾਂ ਚੇਂਜ ਕਰ ਲੈਣਾ। ਤੈਨੂੰ ਕੁਛ ਨਹੀਂ ਮੈਡਮ, ਹਰ ਚੀਜ਼ ਐ ਹੀ ਕਰਦਾ ਜੇ। ਅਸਾਂ ਨੇ ਬਾਤ ਪਤਾ ਕੀ ਹੈ? ਛੱਡ ਤੇਰਾ ਦੁਪੱਟੀ ਜ਼ਖਮ ਹੈ, ਹੁਣ ਦਰਦ ਹੋ ਰਹੀ। ਜੀ ਜੀ, ਬਸ ਤੂੰ ਗੱਲ ਸਮਝ ਨਹੀਂ ਰਿਹਾ। ਹੱਥ ਛੱਡ, ਮੇਰੀ ਗੱਲ ਸਮਝ ਨਹੀਂ ਰਹੇ। ਜ਼ਖਮਲ ਹੈ, ਜ਼ਖਮਲ ਹੈ। ਮੈਂ ਤੈਨੂੰ ਤੁਨ ਦੇਣਾ ਹੀ। ਇਮਾਨ ਨਾ, ਮੈਂ ਸਿਰਫ ਇੰਨਾ ਕਹਿਣਾ ਚਾਹ ਰਿਹਾ, ਮੈਂ ਤੇ ਕਦੋਂ ਦਾ ਫੜਿਆ? ਮੈਨੂੰ ਤਾਂ ਹੁਣ ਯਾਦ ਆਇਆ। ਅੰਨੀ ਦਾ ਬੱਚਾ ਫੜ ਲੈ ਤਾਂ ਫੜਨ ਤੋਂ ਪਹਿਲਾਂ ਦੱਸ ਤਾਂ ਲਿਆ ਕਰ। ਮੈਡਮ ਜੀ, ਮੈਡਮ ਜੀ, ਰੂਮ ਐਡਾ ਸੋਹਣਾ, ਮੈਂ ਤਾਂ ਕਹਿੰਦਾ ਪਾ ਕੇ ਲੰਮੇ ਨਾ ਮੈਨੂੰ ਕਢਾ ਲੇਗੀ 2:30 ਦਾ ਮਤਲਬ ਵੇਲਾ। ਅੱਛਾ ਜੀ, ਮੇਰੀ ਗੱਲ ਸੁਣੋ ਮੈਡਮ ਜੀ, ਤੁਸੀਂ ਔਰਤਾਂ ਦੇ
ਹਕੂਕ ਵਾਸਤੇ ਕਿਉਂ ਨਹੀਂ ਕੁਝ ਕਰਦੇ? ਤੁਹਾਨੂੰ ਕੀ ਚਾਹੀਦਾ? ਵੇਖੋ ਨਾ, ਅਸੀਂ ਜਿਹੜੇ ਫੰਕਸ਼ਨ ਤੇ ਜਾਣੇ ਉੱਥੇ ਫੜੇ ਜਾਂਦੇ ਆ। ਫੜੇ ਜਾਂਦੇ ਆ। ਤੁਸੀਂ 5000 ਜ਼ਿਆਦਾ ਲਾਹੌਰ ਨਹੀਂ ਫੜੇ ਜਾਓਗੇ। ਆਪਣੀ ਗਲਤੀ, ਆਪਣੇ ਕਾਨੂੰਨ ਚੰਗਾ ਅਜੇ ਤੱਕ ਨਹੀਂ ਫੜਿਆ ਗਿਆ। ਹਾਂ ਓਏ, ਇਹ ਆਪਣੀ ਗਲਤੀ ਨਾ ਫੜੇ ਜਾਂਦੀ। ਕਿਸ ਤਰ੍ਹਾਂ? ਤਮਾਸ਼ਬੀਨ ਤਾਂ ਪਹਿਲੇ ਆਪ ਹੀ ਲੈਂਦੀ ਆ। ਮੈਨੂੰ ਫੋਨ ਕਰਨਾ ਚਲੋ ਮੈਂ ਜਮਾਤ